ਜਿੰਨਾ ਦਿੱਤਾ ਮਾਲਕ ਨੇ ਸੈਟੀਸਫਾਈ ਜਿੰਨਾ ਦਿੱਤਾ ਮਾਲਕ ਨੇ ਦੋਸਤੋ ਸਿੱਧੂ ਮੂਸੇਵਾਲਾ ਦੇ ਨਾਮ ਨਾਲ ਇੱਕ ਹੋਰ ਵੱਡੀ ਪ੍ਰਾਪਤੀ ਜੁੜ ਗਈ ਹੈ ਤੁਹਾਨੂੰ ਪਤਾ ਮੂਸੇਵਾਲਾ ਨੇ ਆਪਣੇ ਗੀਤ ਸੈਟੀਸਫਾਈ ਵਿੱਚ ਜొਮੈਟੋ ਵਾਲਿਆਂ ਦੀ ਇੱਕ ਐਡ ਕੀਤੀ ਸੀ ਗੀਤ ਦੀ ਵੀਡੀਓ ਵਿੱਚ ਆਪਾਂ ਦੇਖਦੇ ਹਾਂ ਕਿ ਮੂਸੇਵਾਲਾ ਆਪਣੇ ਸਿੰਗਲ ਦੇ ਸ਼ੁਰੂਆਤੀ ਦਿਨਾਂ ਵਿੱਚ ਜొਮੈਟੋ ਤੋਂ ਆਰਡਰ ਕਰਕੇ ਖਾਣ ਲਈ ਕੁਝ ਮੁਗਵਾਉਂਦਾ ਹੈ ਔਖ ਲੱਗੀ ਆ ਪੈਸੇ ਕੁਝ ਹੈਗੇ ਨੇ ਹਾਂ ਹੈਗਾ ਤੈਨੂੰ ਖਸਾਓ ਉਹ ਆ ਜਾ ਅਤੇ ਜਦੋਂ ਉਹ ਹਿੱਟ ਹੋ ਜਾਂਦਾ ਤਾਂ Zomato ਉਹ ਹੀ ਕਰੀਬ 30000 ਰੁਪਏ ਦਾ ਖਾਣਾ ਆਰਡਰ ਕਰਕੇ ਗਰੀਬ ਬੱਚਿਆਂ ਵਿੱਚ ਵੰਡ ਦਿੰਦਾ ਇਸ ਗੀਤ ਨੂੰ ਜਿਸ ਕੰਪਨੀ ਨੇ ਡਿਜੀਟਲ ਪੌਪਲਰ ਕੀਤਾ ਸੀ ਉਹ ਸੀ 1 Digital Entertainment ਅਤੇ ਹੁਣ ਉਸ ਕੰਪਨੀ ਨੂੰ Zomato ਵੱਲੋਂ ਅਵਾਰਡ ਮਿਲਿਆ ਸਪੋਰਟ ਅਵਾਰਡ 2022 ਸਿੱਧੂ ਮੂਸੇਵਾਲੇ ਦੇ ਗੀਤ Satisfy ਵਿੱਚ Zomato ਦੀ ਐਡ ਨੂੰ ਬਹੁਤ ਹੀ ਵਧੀਆ ਢੰਗ ਨਾਲ ਪੇਸ਼ ਕਰਨ ਲਈ ਇਸ ਕੰਪਨੀ ਦੇ ਕੋ-ਫਾਊਂਡਰ ਗੁਰਪ੍ਰੀਤ ਸਿੰਘ ਨੇ ਆਪਣੀ ਇੰਸਟਾਗ੍ਰam ਪੋਸਟ ਵਿੱਚ ਦੱਸਿਆ ਕਿ ਜਦੋਂ ਅਸੀਂ ਇਹ ਗਾਣੇ ਦੀ ਵੀਡੀਓ ਤਿਆਰ ਕਰ ਰਹੇ ਸੀ ਤਾਂ ਅਸੀਂ ਸਿੱਧੂ ਨੂੰ Zomato ਦੀ ਐਡ ਕਰ ਲੈ ਕੇ ਆ ਤਾਂ ਉਸਨੇ ਝਟ ਹਾਂ ਕਰ ਦਿੱਤੀ ਅਤੇ Zomato ਦੀ ਐਡ ਨੂੰ ਗਾਣੇ ਵਿੱਚ ਅਜਿਹੇ ਤਰੀਕੇ ਨਾਲ ਪੇਸ਼ ਕੀਤਾ ਜਿਸ ਨਾਲ ਇਹ ਐਡ ਗਾਣੇ ਦੀ ਵੀਡੀਓ ਦਾ ਹੀ ਇੱਕ ਹਿੱਸਾ ਲੱਗੇ ਅਤੇ Zomato ਦੀ ਐਡ ਵੀ ਹੋ ਜਾਵੇ ਅਤੇ ਇਸ ਦਾ ਗਾਣੇ ਦੀ ਵੀਡੀਓ ਤੇ ਕੋਈ ਅਸਰ ਵੀ ਨਾ ਪਵੇ। ਮਾਲਕ ਨੇ ਸੱਟ ਸਫਾਈ ਜਿੰਨਾ ਦਿੱਤਾ ਮਾਲਕ ਨੇ ਸੱਟ ਸਫਾਈ ਤੁਸੀਂ ਦੇਖ ਸਕਦੇ ਹੋ ਉਹ ਵਾਰਡ ਜਿਸ ਉੱਪਰ ਲਿਖਿਆ ਸਪੋਰਟ ਵਾਰਡ 222 ਬ੍ਰਾਂਡ ਪਲੇਸਮੈਂਟ ਸਿੱਧੂ ਮੂਸੇਵਾਲਾ ਐਕਸ ਜొਮੈਟੋ ਜొਮੈਟੋ ਐਂਡ ਬਨ ਡਿਜੀਟਲ ਐਂਟਰਟੇਨਮੈਂਟ ਸੋ ਦੋਸਤੋ ਚਾਹੇ ਸਿੱਧੂ ਮੂਸੇਵਾਲਾ ਆਪਣੇ ਵਿੱਚੋਂ ਚਲਾ ਗਿਆ ਪਰ ਉਸ ਦੀਆਂ ਪ੍ਰਾਪਤੀਆਂ ਸਦਾ ਆਪਣੇ ਵਿੱਚ ਬੋਲਦੀਆਂ ਰਹਿਣਗੀਆਂ ਇਸ ਬਾਰੇ ਆਪ ਦੀ ਰੇਕਮੈਂਡ ਕਰਕੇ ਜਰੂਰ ਦਿਓ ਧੰਨਵਾਦ